नाम विसार नानक पछताना, गुर की माता तू लहे आने, भगत बिना बहु डूबे स्याने, हर की भगत करो मन मीत, निर्मल होए तुम्हारो चीत, चरण कमल राखो मन माहे, जन्म जन्म के किल बिख जाहे, आप जपहो अवरा नाम जपावहो, सुनत कहत रहत सुख पगत पावहो, आप जपहो अवरह नाम जपावहो, सुनत कहत रहत गत पावो, सार भूत सत हर को नाओ, सहज सुभय नानक गुण गाओ, सार भूत सत हर को नाओ, सहज सुभाय नानक गुण गाओ। वाहिगुरु जी का खालसा, वाहिगुरु जी की फतेह। सतगुरु दीन दुनिया दे मालक श्री गुरु ग्रंथ साहिब जी की हजूरी विच सुभाए मान सन्मान योग साध संगत जी, अज दे प्रसंग विच जो कि 19वीं अष्टपदी विच अखीरले चार अंक अज प्रसंग विचार अधीन है। सतगुरु साढ़े जीवन की एक बड़ी वड्डी गलती का वर्णन कर रहे हैं। वो सारिया गलतियां नूं, सारिया भुलां नूं, सारे पापा नूं एक थां ते इकट्ठा करिए। आदमी जिन्नियां भी गलतियां कर सकदा सारियां नूं जोड़ लईए। संसार विच जिन्नी प्रकार दे गलत कारज हन उन्हां सारियां नूं इक्को थां ते जोड़ दईए। एक पासे वह सारियां गलतियां रखियां जाण, एक पासे यह गलती रखी जाए जेड़ा अज जिक्र कीता है, ते इक्को गलती उन्हां सारियां तों वड्डी हो जाएगी। वो केड़ी भुल है, वो केड़ी गलती है? सतगुरु ने इक्को पंक्ति विच कह दिता, नाम विसार नानक पछताना। भुल जाना सब तो वड्डा पाप, किनू? अपने आप नू ते अपने बनाउन वाले, जिन्हें इस नू बनाया है, जिदे विचों ये जन्मे है, उन्हूं भुलना किन्ना कु वड्डा पाप। क्योंकि ये बंतर उस तरह की नहीं, तुसी वेखो कि मकान बनता है, बनाउन वाला चला जाता, मकान नू पता भी नहीं, मकान दा ते बनाउन वाले दा रिश्ता नाता कोई गहरा नहीं है। दुनिया विच कई प्रकार दियां वस्तुआं ने जिन्हां दा निर्माता, जिन्हां दा बनाउन वाला उहदे तों अलहदा हो जांदा, इस करके उस बनी हुई चीज़ नू बनाउन वाले नू याद करन दी कोई लोड़ नहीं। एक कपड़ा जिस दर्जी ने बनाया, उस कपड़े नू दर्जी नू बनाउ याद करन दी कोई लोड़ नहीं। एक मकान जिस इंजीनियर ने बनाया, मकान नू उहदी लोड़ नहीं, क्योंकि दोवां दे विच फर्क बड़ा है।
ਬਣਾਉਣ ਵਾਲਾ ਮਾਸ ਮਿੱਟੀ ਦਾ ਬਣਿਆ, ਉਹਦੇ ਵਿੱਚ ਜਿੰਦ ਹੈ, ਉਹਦੇ ਵਿੱਚ ਸਵਾਸ ਨੇ, ਅਤੇ ਮਕਾਨ ਬਣਿਆ ਇੱਟਾਂ ਦਾ, ਸਾਂਝ ਕੋਈ ਨਹੀਂ ਹੈ। ਪਰ ਜਿਸ ਅਕਾਲ ਪੁਰਖ ਨੇ ਸਾਨੂੰ ਘੜਿਆ ਉਹਦੇ ਵਿੱਚ ਅਤੇ ਸਾਡੇ ਵਿੱਚ, ਇਹ ਕਹੀਏ ਵੀ ਸਾਂਝ ਬੜੀ, ਇਹ ਵੀ ਗਲਤੀ ਹੋਵੇਗੀ। ਸਾਂਝ ਸ਼ਬਦ ਵੀ ਛੋਟਾ ਰਹਿ ਜਾਂਦਾ, ਉਹਦੇ ਨਾਲ ਸਾਡੀ ਸਾਂਝ ਨਹੀਂ, ਇੱਕ ਸਾਰਤਾ ਹੈ। ਇੱਕ ਸਾਰਤਾ ਦਾ ਮਤਲਬ ਜਿਵੇਂ ਦਾ ਉਹ ਹੈ ਉਵੇਂ ਦੇ ਅਸੀਂ ਹਾਂ, ਅਸੀਂ ਉਹਦੇ ਤੋਂ ਵੱਖ ਹੋ ਹੀ ਨਹੀਂ ਸਕਦੇ। ਉਹ ਸਾਡੇ ਵਿੱਚ ਵਹਿ ਰਿਹਾ, ਅਸੀਂ ਉਹਦੇ ਵਿੱਚ ਵਹਿ ਰਹੇ ਹਾਂ। ਅਤੇ ਜਿਨ੍ਹਾਂ ਪੈਰਾਂ 'ਤੇ ਮਨੁੱਖ ਖੜ੍ਹਾ ਹੈ, ਤੁਸੀਂ ਵੇਖੋਗੇ ਜਦੋਂ ਤੁਰਨਾ ਹੋਵੇ ਤਾਂ ਪੈਰਾਂ ਦਾ ਧਿਆਨ ਕਰਨਾ ਪੈਂਦਾ। ਧਿਆਨ ਤੋਂ ਬਿਨਾਂ ਪੈਰ ਚੁੱਕਿਆ ਨਹੀਂ ਕਿ ਠੇਡਾ ਲੱਗਾ ਨਹੀਂ, ਧਿਆਨ ਕਰੋ, ਕਿਉਂਕਿ ਪੈਰਾਂ ਨੇ ਤੁਰਨਾ, ਸਰੀਰ ਨੂੰ ਚੁੱਕ ਕੇ ਲੈ ਕੇ ਜਾਣਾ। ਧਿਆਨ ਤੋਂ ਬਿਨਾਂ ਇੱਕ ਵੀ ਪੈਰ ਸੱਟ ਦਾ ਕਾਰਨ ਬਣਦਾ, ਦਰਦ ਦਾ ਕਾਰਨ ਬਣਦਾ। ਜਿਸ ਪਰਮਾਤਮਾ ਦੇ ਉੱਤੇ ਅਸੀਂ ਖੜ੍ਹੇ ਹਾਂ ਉਹਦਾ ਧਿਆਨ ਨਾ ਕੀਤਾ ਤਾਂ ਫਿਰ ਸੱਟਾਂ ਹੀ ਨੇ ਜ਼ਿੰਦਗੀ ਵਿੱਚ, ਹੋਰ ਕੀ ਆਵੇਗਾ। ਜਿਹਦੇ ਉੱਤੇ ਤੁਰ ਰਹੇ ਹਾਂ ਪੈਰਾਂ ਦਾ ਧਿਆਨ ਕੋਈ ਨਹੀਂ। ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਵੇਖ ਕੇ ਤੁਰੀ, ਵੇਖ ਕੇ ਤੁਰਨ ਦਾ ਮਤਲਬ ਧਿਆਨ ਨਾਲ ਤੁਰੀ, ਧਿਆਨ ਵਿੱਚੋਂ ਨਿਕਲਿਆ ਨਹੀਂ ਕਿ ਠੇਡਾ ਲੱਗਾ ਨਹੀਂ। ਦਰਦ ਸਰੀਰ ਨੂੰ ਹੋਏਗੀ, ਚੋਟ ਪੈਰਾਂ ਨੂੰ ਲੱਗੇਗੀ। ਸਤਿਗੁਰੂ ਕਹਿੰਦੇ ਤੇਰਾ ਨਾਮ ਆਧਾਰ ਹੈ, ਆਧਾਰ ਦੇ ਅਰਥ ਨੇ ਪੈਰ, ਨਹੀਂ ਸਾਚ ਨਾਮ ਆਧਾਰ ਮੇਰਾ, ਗੁਰੂ ਅਮਰਦਾਸ ਜੀ ਕਹਿੰਦੇ। ਇੱਥੇ ਇਹ ਨਹੀਂ ਕਹਿ ਰਹੇ ਵੀ ਨਾਮ ਕੋਈ ਵੱਖਰੀ ਚੀਜ਼ ਹੈ ਉਹਨੂੰ ਤੂੰ ਯਾਦ ਕਰ, ਸਤਿਗੁਰੂ ਇਹ ਕਹਿੰਦੇ ਨੇ ਤੇਰੇ ਪੈਰ ਨੇ। ਇਹ ਸ਼ਬਦ ਥੋੜ੍ਹੇ ਜਿਹਾ ਬੇਅਦਬੀ ਵਾਚਕ ਨਾ ਲੱਗਣ, ਉਦਾਹਰਨ ਮੈਂ ਦੇ ਰਿਹਾ ਵੀ ਪੈਰ ਨੇ, ਪੈਰ ਦਾ ਮਤਲਬ ਨੀਂਹ, ਨੀਂਹ ਦਾ ਮਤਲਬ ਆਧਾਰ, ਉਹਦੇ ਉੱਤੇ ਅਸੀਂ ਖੜ੍ਹੇ ਹਾਂ। ਅਤੇ ਤੁਰਨ ਲੱਗਿਆਂ ਪੈਰ ਦਾ ਧਿਆਨ ਜ਼ਰੂਰ ਚਾਹੀਦਾ ਹੈ, ਅਤੇ ਪੈਰਾਂ ਨੂੰ ਅਸੀਂ ਬਚਾ ਕੇ ਰੱਖਣੇ। ਇਸੇ ਤਰ੍ਹਾਂ ਅਕਾਲ ਪੁਰਖ 'ਤੇ ਸਾਡਾ ਸਾਰਾ ਜੀਵਨ ਖੜ੍ਹਾ ਹੈ, ਅਤੇ ਆਪਣੇ ਪੈਰਾਂ ਨੂੰ ਭੁੱਲ ਕੇ ਅਸੀਂ ਜਦੋਂ ਤੁਰਨੇ ਹਾਂ, ਰੱਬ ਨੂੰ ਭੁੱਲ ਕੇ ਤੁਰਨੇ ਹਾਂ, ਫਿਰ ਠੇਡੇ ਆਪਣੇ ਆਪ ਲੱਗਣੇ ਨੇ, ਕਿਸੇ ਤੋਂ ਪੁੱਛਣ ਦੀ ਲੋੜ ਹੀ ਨਹੀਂ ਹੈ। ਇਸ ਕਰਕੇ ਸਾਰੇ ਪਾਪ ਇਹਦੇ ਵਿੱਚ ਲੁਕੇ ਬੈਠੇ ਨੇ, ਭੁੱਲ ਜਾਣਾ। ਸਤਿਗੁਰੂ ਕਹਿੰਦੇ ਵਿਸਾਰੀ ਨਾ, ਬਸ ਇੱਕੋ ਜੀਵਨ ਦੀ ਦਵਾਈ ਹੈ ਜਪ, ਇਸ ਕਰਕੇ ਕਿ ਵਿਸਰੇ ਨਾ। ਹੁਣ ਉਹਨਾਂ ਚੀਜ਼ਾਂ ਨੂੰ ਗੁਰਬਾਣੀ ਦੇ ਵਿੱਚ ਉਲੇਖਿਆ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੱਸਿਆ ਗਿਆ ਕਿ ਕਿਹੜੇ ਕੰਮ ਕਰਨ ਦੇ ਨਾਲ ਤੂੰ ਭੁੱਲੇ ਨਾ, ਕਿਉਂਕਿ ਸਿੱਧਾ ਨਹੀਂ ਉਹ ਯਾਦ ਆਉਂਦਾ। ਜੇ ਕੋਈ ਵਿਚਾਰਵਾਨ ਸਮਝਾ ਦੇ ਉਹਨੂੰ ਚੇਤੇ ਕਰੋ, ਤੁਸੀਂ ਕੋਈ ਲੇਖ ਪੜ੍ਹ ਲਵੋ ਕਿ ਰੱਬ ਨੂੰ ਯਾਦ ਕਰੋ, ਜੋ ਮਰਜ਼ੀ ਕਰ ਲਈਏ ਚੇਤੇ ਵਿੱਚੋਂ ਨਿਕਲ ਜਾਏਗਾ, ਯਾਦ ਨਹੀਂ ਆਏਗਾ। ਯਾਦ ਕਰਨ ਦੇ ਦੋ ਹੀ ਸਾਧਨ ਦੱਸੇ ਸਤਿਗੁਰੂ ਨੇ, ਕਹਿੰਦੇ ਸਭ ਤੋਂ ਪਹਿਲਾਂ ਉਹਨਾਂ ਦੇ ਕੋਲ ਬਹੁ ਜਿਨ੍ਹਾਂ ਦੀ ਯਾਦ ਵਿੱਚ ਵਹਿੰਦਾ ਪਿਆ, ਇਹ ਸਭ ਤੋਂ ਪਹਿਲਾ ਕੰਮ ਹੈ। ਦੂਜਾ ਕਿਹਾ ਵੀ ਨਾਮ ਜਪ, ਗੁਰਬਾਣੀ ਪੜ੍ਹ, ਸਿੱਖੀ ਕਮਾ। ਪਹਿਲਾਂ ਕਈ ਸਾਧ ਸੰਗਤ, ਇਹ ਬੜੀ ਜ਼ਰੂਰੀ ਹੈ ਅਤੇ ਬੜੀ ਵਿਗਿਆਨਕ ਹੈ, ਖਿਆਲ ਰੱਖਣਾ। ਮੈਂ ਥੋੜ੍ਹੀਆਂ ਜਿਹੀਆਂ ਉਦਾਹਰਨਾਂ ਦੇ ਦਿਆਂ, ਕਿਉਂ ਵਾਰ ਵਾਰ ਕਹਿੰਦੇ ਨੇ ਸਾਧ ਕੈ ਸੰਗ ਨਹੀਂ ਕਛ ਕਾਲ, ਇਹਦਾ ਕੀ ਕਾਰਨ ਹੈ? ਸਾਧੂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਕਿਉਂ ਕਹੀ ਹੈ? ਇਹਦਾ ਇੱਕ ਬੜਾ ਵੱਡਾ ਸਰੀਰਕ ਵਿਗਿਆਨ ਹੈ, ਤੁਸੀਂ ਧਿਆਨ ਦੇਣਾ। ਤੁਸੀਂ ਕਦੀ ਵੇਖਣਾ ਕਿ ਇੱਕ ਆਦਮੀ ਕੋਲ ਅਸੀਂ ਗਏ, ਉਹਦੇ ਕੋਲ ਬੈਠੇ, ਅਤੇ ਉਸ ਆਦਮੀ ਨੂੰ ਨੀਂਦ ਆ ਰਹੀ ਸੀ, ਵਿੱਚ ਵਿੱਚ ਉਦਾਸੀ ਉਬਾਸੀਆਂ ਲੈਂਦਾ ਸੀ, ਉਹਦੀਆਂ ਅੱਖਾਂ ਨਿੰਦਰਾਵਲੀਆਂ ਸਨ, ਕਦੀ ਕਦੀ ਝੋਕਾ ਭਰਦਾ ਸੀ ਜਿਵੇਂ ਸੌਂਦਾ। ਤੁਸੀਂ ਵੇਖੋ ਕਿ ਥੋੜ੍ਹੇ ਸਮੇਂ ਵਿੱਚ ਜਿਹੜੀ ਨੀਂਦ ਉਹਨੂੰ ਆ ਰਹੀ ਸੀ ਉਹ ਸਾਨੂੰ ਘੇਰਨ ਲੱਗ ਪਈ, ਵੇਖ ਕੇ ਨੀਂਦ ਆ ਜਾਏਗੀ ਉਹਦੇ ਵੱਲੋਂ। ਕਿਉਂ? ਕਾਰਨ ਕੀ ਹੈ? ਕਿਉਂਕਿ ਜਦੋਂ ਸਰੀਰ ਦੇ ਕੋਲ ਸਰੀਰ ਬਹਿੰਦਾ ਹੈ ਤਾਂ ਭਾਵੇਂ ਅਸੀਂ ਨਾ ਵੀ ਚਾਹੀਏ, ਇੱਕ ਸਰੀਰ ਦੂਜੇ ਸਰੀਰ ਦੀਆਂ ਤਰੰਗਾਂ ਨੂੰ ਖਿੱਚ ਲੈਂਦਾ ਆਪਣੇ ਵੱਲ, ਪੀਂਦਾ ਉਹਨਾਂ ਨੂੰ। ਇਸੇ ਕਰਕੇ ਤੁਸੀਂ ਵੇਖੋਗੇ ਜਦੋਂ ਅਸੀਂ ਬੱਸਾਂ ਵਿੱਚ ਸਫ਼ਰ ਕਰਨੇ ਹਾਂ, ਉਹਦੇ ਅੱਗੇ ਲਿਖਿਆ ਹੋਵੇਗਾ ਵੀ ਜੇ ਕਿਸੇ ਨੇ ਸੌਣਾ ਤਾਂ ਡਰਾਈਵਰ ਦੇ ਨਾਲ ਦੀ ਜਿਹੜੀ 1, 2 ਅਤੇ 3 ਨੰਬਰ ਸੀਟ ਹੈ ਇਹਦੇ 'ਤੇ ਕੋਈ ਨਾ ਸਵੇ, ਪਿੱਛੇ ਜਾ ਕੇ ਸੌਂ। ਪੁੱਛੀਏ ਜੀ ਇਹਦਾ ਕੀ ਕਾਰਨ ਹੈ?
ਡਰਾਈਵਰ ਦਾ ਇਹਦੇ ਨਾਲ ਕੀ ਸੰਬੰਧ? ਕਿਉਂਕਿ ਜੇ ਉਹਦੇ ਨਾਲ ਦੀ ਸੀਟ 'ਤੇ ਕੋਈ ਆਦਮੀ ਸੌਂਦਾ ਹੈ ਤਾਂ ਉਹਦੀਆਂ ਤਰੰਗਾਂ ਡਰਾਈਵਰ ਨੂੰ ਪ੍ਰਭਾਵਿਤ ਕਰਦੀਆਂ ਨੇ, ਉਹ ਵੀ ਸੌਂ ਸਕਦਾ ਉਹਦੇ ਵੱਲ ਵੇਖ। ਸਰੀਰਾਂ ਦਾ ਇੰਨਾ ਜੋੜ ਹੈ ਆਪਸ ਵਿੱਚ, ਐਵੇਂ ਨਹੀਂ ਕਿਹਾ ਸੰਗਤ ਵੇਖ ਕੇ ਕਰੀ। ਜ਼ਰੂਰੀ ਨਹੀਂ ਅਸੀਂ ਕਿਸੇ ਨਾਲ ਬੋਲੀਏ, ਮਿੱਤਰਤਾ ਪਾਈਏ, ਵਾਰਤਾਲਾਪ ਕਰੀਏ, ਬਹਿਣ ਨਾਲ ਵੀ ਕੁਨੈਕਸ਼ਨ ਹੁੰਦਾ, ਸਰੀਰਾਂ ਦਾ ਸੰਬੰਧ ਬਣਦਾ। ਅਤੇ ਸੱਚਾਈ ਇਹ ਕਹਾਂ, ਬੋਲਣ ਨਾਲ ਕੋਈ ਸੰਬੰਧ ਨਹੀਂ ਹੁੰਦਾ, ਬਹਿਣ ਨਾਲ ਹੀ ਸੰਬੰਧ ਹੁੰਦਾ। ਬੋਲਣ ਨਾਲ ਸੰਬੰਧ ਨਹੀਂ ਬਣਦੇ, ਬੜੇ ਘੱਟ ਨੇ, ਨਾ ਬੋਲਣ ਨਾਲ ਨਾ ਕਿਸੇ ਹੋਰ ਤਰੀਕੇ ਨਾਲ। ਜਿਹੜੇ ਗਹਿਰੇ ਸੰਬੰਧ ਨੇ ਉਹ ਚੁੱਪ ਕਰਕੇ ਬਹਿਣ ਨਾਲ ਬਣਦੇ ਨੇ, ਜੇ ਕਿਸੇ ਨੂੰ ਸਮਝ ਆ ਜਾਏ। ਜਿਹੜੇ ਬਹੁਤ ਘੱਟ ਬੋਲਦੇ ਨੇ ਉਹਨਾਂ ਦੇ ਸੰਬੰਧ ਬਹੁਤ ਗਹਿਰੇ ਹੋ ਜਾਂਦੇ ਨੇ ਸਾਧ ਸੰਗਤ ਵਿੱਚ ਗੁਰਮੁਖਾਂ ਨਾਲ। ਜਿਹੜੇ ਬਹੁਤੇ ਬੋਲਦੇ ਨੇ ਉਹਨਾਂ ਦੇ ਸੰਬੰਧ ਨਹੀਂ ਬਣਦੇ। ਇਸ ਕਰਕੇ ਸਰੀਰਾਂ ਦਾ ਸਰੀਰਾਂ ਨਾਲ ਸੰਬੰਧ ਹੈ। ਇੱਕ ਸਰੀਰ ਨੂੰ ਨੀਂਦ ਆਉਂਦੀ, ਦੂਜਾ ਕੋਲ ਪਵੇ ਉਹਨੂੰ ਨੀਂਦ ਆਵੇਗੀ। ਇੱਕ ਸਰੀਰ ਪ੍ਰਸ਼ਾਦਾ ਛਕ ਰਿਹਾ, ਦੂਜੇ ਨੂੰ ਭੁੱਖ ਨਹੀਂ ਲੱਗੀ ਅਤੇ ਉਹਨੂੰ ਵੇਖ ਕੇ ਅੰਦਰ ਭੁੱਖ ਜਾਗ ਪੈਗੀ। ਇਹ ਮੈਂ ਸਿਰਫ ਇੱਕ ਦੋ ਉਦਾਹਰਨਾਂ ਦਿੱਤੀਆਂ ਨੇ। ਇਹ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਸੰਕੇਤ ਮਿਲਦੇ ਨੇ ਸਰੀਰਾਂ ਦੇ ਸੰਬੰਧ ਵਿੱਚ, ਕਿ ਉਹ ਇੱਕ ਤੋਂ ਦੂਜੇ ਨੂੰ ਪਕੜਦੇ ਨੇ। ਇਸ ਕਰਕੇ ਸਤਿਗੁਰੂ ਨੇ ਕਿਹਾ ਕਿ ਜੀਵਨ ਦੀ ਸਭ ਤੋਂ ਵੱਡੀ ਗਲਤੀ ਭੁੱਲ ਜਾਣਾ। ਇਹਨੂੰ ਸੁਧਾਰਨ ਵਾਸਤੇ ਇੱਕੋ ਤਰੀਕਾ ਸਭ ਤੋਂ ਕਾਰਗਰ ਹੈ, ਕੋਲ ਉਹਨਾਂ ਦੇ ਬਹੁ ਜਿਹਨਾਂ ਨੂੰ ਯਾਦ ਪਿਆ ਹੁੰਦਾ ਹੈ, ਕਿਉਂਕਿ ਉਹਨਾਂ ਦੀਆਂ ਤਰੰਗਾਂ, ਉਹਨਾਂ ਦਾ ਸਰੀਰ ਤੇਰੇ ਨਾਲ ਜੁੜੇਗਾ, ਸੰਬੰਧ ਬਣੇਗਾ। ਅਤੇ ਫਿਰ ਤੈਨੂੰ ਬਿਨਾਂ ਯਤਨ ਤੋਂ, ਨਾ ਜਪ, ਨਾ ਤਪ, ਨਾ ਘਾਲਣਾ, ਕੁਝ ਵੀ ਨਹੀਂ, ਕੁਝ ਕੀਤਾ ਹੀ ਨਹੀਂ, ਸਾਧ ਕੈ ਸੰਗ ਨਹੀਂ ਕਛ ਘਾਲ, ਬਸ ਬੈਠੇ ਕੋਲ। ਇਸ ਕਰਕੇ ਜਿੱਥੇ ਤੁਸੀਂ ਬੈਠਦੇ ਹੋ, ਭਾਵੇਂ ਇਹਦੇ ਵਿੱਚ ਕਈ ਪ੍ਰਕਾਰ ਦੇ ਸਰੀਰ ਹੁੰਦੇ ਨੇ, ਕਿਉਂਕਿ ਇਹ ਆਮ ਸੰਗਤ ਹੈ, ਇਹਦੇ ਵਿੱਚੋਂ ਫਿਰ ਸੱਤ ਸੰਗਤ ਚੁਣੀ ਜਾਂਦੀ। ਖਿਆਲ ਰੱਖਣ, ਗੁਰੂ ਸਾਹਿਬ ਨੇ ਸੱਤ ਸੰਗਤ ਦਾ ਕੰਸੈਪਟ ਬੜਾ ਲੰਮਾ ਦਿੱਤਾ ਹੈ, ਸਿਰਫ ਇੱਥੋਂ ਤੱਕ ਸੀਮਤ ਨਹੀਂ ਕਿ ਜਿੱਥੇ ਦੀਵਾਨ ਸੱਜਦਾ ਹੈ ਉਹ ਹੀ ਸੱਤ ਸੰਗਤ। ਉਹਦੇ ਵਿੱਚੋਂ ਤਾਂ ਵੱਖਰੇ ਵੱਖਰੇ ਹੀਰੇ ਚੁਣੇ ਜਾਂਦੇ ਨੇ ਅਤੇ ਫਿਰ ਉਹਨਾਂ ਨੂੰ ਪਾਸੇ 'ਤੇ ਇਕੱਠੇ ਕਰ ਦਿੱਤਾ ਜਾਂਦਾ, ਫਿਰ ਉਹ ਆਪਣਾ ਕੰਮ ਕਰਦੇ। ਇੱਥੇ ਤਾਂ ਹਰ ਤਰ੍ਹਾਂ ਦਾ ਆ ਸਕਦਾ ਨਾ ਆਦਮੀ, ਇੱਕ ਬੜੇ ਚਿਰ ਦਾ ਆਉਂਦਾ, ਉਹਦੇ ਅੰਦਰ ਕਿਰਪਾ ਹੋ ਗਈ, ਇੱਕ ਪਹਿਲੇ ਦਿਨ ਆਇਆ। ਇਹਦੇ ਵਿੱਚ ਲਾਭ ਵੀ ਇਹ ਹੈ ਕਿ ਜਿਹੜੇ ਬਹੁਤ ਚਿਰ ਦੇ ਆਏ ਨੇ ਉਹਨਾਂ ਵਿੱਚ ਜਿਹੜੀਆਂ ਬਰਕਤਾਂ ਨੇ ਉਹ ਪਹਿਲੇ ਦਿਨ ਆਇਆਂ ਨਾਲ ਸੰਪਰਕ ਕਰ ਲੈਣ, ਸਾਂਝ ਬਣਾ ਲੈਣ, ਉਹਨਾਂ ਦਾ ਵੀ ਭਾਗ ਜਿਹੜਾ ਉੱਚਾ ਹੁੰਦਾ ਚਲਾ ਜਾਏ। ਇਹ ਬਰਕਤ ਸਾਰੀ ਗੁਰੂ ਦੀ ਹੈ। ਇਸ ਕਰਕੇ ਜਿਸ ਥਾਂ 'ਤੇ ਤੁਸੀਂ ਬਹਿੰਦੇ ਹੋ ਇਹਦੇ ਵਰਗਾ ਕੋਈ ਤਪ ਅਸਥਾਨ ਨਹੀਂ ਸੰਗਤ ਵਿੱਚ ਬਹਿਣਾ, ਇਹਦੇ ਜਿੰਨਾ ਵੱਡਾ ਕੋਈ ਆਸ਼ਰਮ ਨਹੀਂ, ਇਹਦੇ ਜਿੰਨੀ ਵੱਡੀ ਕੋਈ ਸਮਾਧੀ ਨਹੀਂ। ਜੇ ਇਹਨੂੰ ਕੋਈ ਅਖਤਿਆਰ ਕਰ ਲੈ, ਜਾਚ ਆ ਜਾ ਬਹਿਣ ਦੀ ਵਿੱਚ, ਤਾਂ ਇੱਥੇ ਬਹੁਤ ਕੁਝ ਵਰਤਦਾ ਹੈ। ਤੁਸੀਂ ਕਦੀ ਧਿਆਨ ਕਰੋ ਕਿ ਇੱਕ ਥਾਂ 'ਤੇ 20 ਸਾਲ ਤੋਂ ਦੀਵਾਨ ਸੱਜਦਾ ਹੈ, ਕਦੀ ਸੋਚੋ ਵੀ 20 ਸਾਲਾਂ ਵਿੱਚ ਉੱਥੇ ਕਿੰਨੀ ਬਾਣੀ ਪੜ੍ਹੀ ਗਈ ਹੋਵੇਗੀ, ਕਿੰਨੀ ਵਾਰੀ ਜਪਜੀ ਸਾਹਿਬ ਪੜ੍ਹਿਆ ਗਿਆ, ਹਜ਼ਾਰਾਂ ਵਾਰੀ, ਲੱਖਾਂ ਵਾਰੀ। ਉੱਥੇ ਹਰ ਰੋਜ਼ ਜੇ 200 ਸਰੀਰ ਵੀ ਬਹਿੰਦਾ ਹੈ ਤਾਂ 20 ਸਾਲਾਂ ਵਿੱਚ ਕਿੰਨੇ ਸਰੀਰ ਬਣੇ, ਉਹਨਾਂ ਦੀਆਂ ਸਾਰੀਆਂ ਤਰੰਗਾਂ ਜਿਹੜੀਆਂ ਨੇ ਨਾਮ ਦੀਆਂ ਉੱਥੇ ਲੁਕੀਆਂ ਪਈਆਂ ਨੇ। ਐਵੇਂ ਨਹੀਂ ਇਹ ਥਾਂ ਪਵਿੱਤਰ, ਇਹਦੇ ਵਿੱਚ ਬਰਕਤ ਹੈ, ਥਾਂ ਹੈ। ਇਸ ਕਰਕੇ ਸੱਤ ਸੰਗਤ ਦਾ ਬਹੁਤ ਵੱਡਾ ਮੈਂ ਬੇਨਤੀ ਜਿਹੜਾ ਵਿਸ਼ਾ ਲੈ ਰਿਹਾ ਸੀ, ਯਾਦ ਕਰਨ ਦਾ ਸਭ ਤੋਂ ਵੱਡਾ ਸਾਧਨ ਹੈ ਸਾਧ ਸੰਗਤ, ਅਤੇ ਇਹਦੇ ਤੋਂ ਅੱਗੇ ਹੈ ਫਿਰ ਨਿਤਨੇਮ ਬਾਣੀ ਪੜ੍ਹਨੀ ਅਤੇ ਸਿਮਰਨ ਕਰਨਾ। ਇਹ ਦੋ ਚੀਜ਼ਾਂ ਸਤਿਗੁਰੂ ਨੇ ਸਾਨੂੰ ਦਿੱਤੀਆਂ। ਕਹਿਣ ਲੱਗੇ ਖਿਆਲ ਕਰੀ, ਹੁਣ ਉਹ ਚੀਜ਼ਾਂ ਦੱਸਦੇ ਨੇ ਜਿਨ੍ਹਾਂ ਦੇ ਨਾਲ ਸਾਨੂੰ ਭੁੱਲਦਾ ਹੈ, ਜਿਨ੍ਹਾਂ ਨਾਲ ਸਾਨੂੰ ਚੇਤਾ ਨਿਕਲ ਜਾਂਦਾ ਹੈ ਪਰਮਾਤਮਾ ਦਾ, ਔਰ ਇਹਨਾਂ ਚੀਜ਼ਾਂ ਦਾ ਖੰਡਨ ਨਹੀਂ ਕਰ ਰਹੇ, ਇਹਨਾਂ ਦੇ ਵਿੱਚ ਰਹਿ ਕੇ ਯਾਦ ਕਰਨ ਦੀ ਕਲਾ ਸਿਖਾ ਰਹੇ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਹਜ਼ੂਰ ਕਹਿੰਦੇ, ਸੰਗ ਨਾ ਚਾਲਸ ਤੇ ਰਹਿ ਧਨਾ। ਸਭ ਤੋਂ ਪਹਿਲਾਂ ਮਨੁੱਖ ਕਿਹਨੂੰ ਵੇਖ ਕੇ ਭੁੱਲਦਾ? ਧਨ ਨੂੰ ਵੇਖ ਕੇ, ਮਾਇਆ ਦੇ ਧਿਆਨ ਵਿੱਚ ਰਹਿੰਦਾ। ਹੁਣ ਇਹ ਮਾਇਆ ਕਈ ਪ੍ਰਕਾਰ ਦੀ ਹੈ, ਸਤਿਗੁਰੂ ਨੇ ਕਈ ਥਾਵਾਂ 'ਤੇ ਗਿਣੀ, ਰੋਕਿਆ ਨਹੀਂ। ਕਹਿੰਦੇ ਜਿੱਦਣ ਤੂੰ ਇਹਨੂੰ ਵੇਖ ਕੇ ਭੁੱਲੇ ਨਾ ਉਦਣ ਵਰਤ ਲਈ, ਉਸ ਤੋਂ ਪਹਿਲਾਂ ਤੂੰ ਇਹਦੀ ਵਰਤੋਂ ਨਾ ਕਰੀਂ, ਬਚ ਕੇ। ਸਤਿਗੁਰੂ ਨੇ ਮਕਾਨ ਦੀ ਮਾਇਆ, ਇਸਤਰੀ ਮਾਇਆ,
चेतन माया रिद्धियां सिद्धियां दी माया कई प्रकार दी गिणी गुरु नानक साहब सच्चे पातशाह ने जिन्हां दे विच साहब कहिंदे मोती तां मंदर उसरै रतनी तां होए जड़ाओ कस्तूर कुंगू अगर चंदन लीप आवै चाओ। मकान बड़ा सोहना है विचों सुगंधियां हुंदियां ने बड़ा सोहना चमकदा है ये एक प्रकार की माया है। दूसरा राग रंग वेखने मोहनी तां मोहनी मुख मणि सोहै करे रंग पसाओ। तीजी माया गुरु नानक साहब सच्चे पातशाह ने कही कहिंदे सुल्तान होवा मेल लश्कर तख्त राखा पाओ कोल ताकत होई औदा होया ये भी एक माया है। ते एक चौथी प्रकार की माया है जिसनों कहिंदे ने ईश्वरीय माया पहली जड़ माया जेड़ियां चीज़ां विच जिंद नहीं हुंदी पर उंज खरीदियां जांदियां ने जिवें गड्डियां कपड़े सोना ये सारी जड़ माया पहली प्रकार की। अगली माया चेतन माया शरीरां दी माया सुंदरता दी माया इहदे तों अगली है साध संगत राजसी माया ताकत कोल होवे जो कहीए उस वेले हो जाए। कोई आदमी आया जिहदा कम नहीं सी हुंदा एक फोन चुकिया ते कहा जी हुणे होना चाहीदा है अगों उस वेले हो गया अंदर एक हंकार दी बीज शुरू होया ये भी एक माया है। ते चौथी प्रकार की माया जिहड़ा इन्हां तिन्नां नूं पार कर जांदा है वो उहदी जिंदगी विच आउंदी पहला नहीं आउंदी जिहड़ा इन्हां तिन्नां नूं लंघ जाए उहदी जिंदगी विच चौथी प्रकार की माया उह कहिड़ी उहनूं कहिंदे ने सिद्ध होवां सिद्ध लाई रिद्ध आखां आओ हुणे चितवया सी उस वेले हो गया ये भी माया ख्याल रखना कितें भड़क ना जाणा ये भी हो सकदा है। किते किते ये सुभाविक वरते तो कोई गल नहीं कुदरती वरत जाए तो कोई नुकसान नहीं पर जदों इनू मिथ के आदमी करता है ना उदों ये नुकसान कर दी है आदमी रब तो दूर चला जाता है तो आप रब बनन की कोशिश करन लग पैंदा है ये उहदी गलती हुंदी जिंदगी दी। ये चार प्रकार की माया का जिक्र करके सतगुरु सच्चे पातशाह गुरु नानक देव साहब कहिंदे मत देख भूला विसरै तेरा चित ना आवै नाउ। वेखी इन्हां चीज़ां नूं वेख के भुल सकना तू चेतावनी दे दित्ती सुचेत कर दिता ये नहीं कहा भी इन्हां नूं तू रखना नहीं ख्याल रखना इत्थे ये नहीं कहा मकान सोहना नहीं होना चाहीदा इत्थे ये भी नहीं कहा भी परिवार नहीं होना चाहिए इत्थे ये भी नहीं कहा भी तेरे को राजसी शक्ति नहीं होनी चाहिए जां तेरे को रिद्ध सिद्ध की ताकत नहीं होनी चाहिए। पर कहिंदे जे इन्हां नूं वेख के मत दा अर्थ जदों किसे नूं रोकिया जाए मत दे अर्थ हुंदे ने आ जिहड़ी बुद्धि हुंदी इहनूं भी मत कहिंदे ने पर इत्थे मत दे अर्थ ने मत दा अर्थ किसे नूं बड़ी सख्ती नाल चेतावनी देनी किसे नूं बड़ी खरवी भाषा विच कहना वेखी किते डिग ना पई वेखी किते इस पासे ना जाई मत देख इन्हां सारे चारां चीज़ां नूं वेख के किते भूला विसरै तेनूं नाम भुल जाए तेरा चित ना आवै नाउं। जिन्हों समझा रहे सानूं पुछदा महाराज जे भुल गया फिर की होवेगा हजूर कहिंदे हर बिन जीओ जल बल जाओ जे तू उहदी याद विचों निकलेगा ते तेरी जिंदगी दा वह हिस्सा जिहड़ा तेरे काम आउणा अंदरों सड़ जाणा ते तेनू खबर भी नहीं मिलनी ये बहुत वड्डा कारण। कोई अग दिस पै ते बंदा पानी लभे बुझाउण वास्ते अग भी लगी हुई है ते दिसदी भी कोई नहीं सेक भी नहीं पैंदा बंदा खादा भी जा रहा ते पता भी कोई नहीं लगदा इस तरह की घटना है संसार विच वो सपनी इनू खाई भी जाती है और फिर कहिंदे ने उहदे दंदा की आवाज़ कोई नहीं आउंदी। आ गुरु अमरदास सच्चे पातशाह जी तां ही ये बचन कहिंदे माया ममता मोहणी जिन बिन दंतां जग खाया उहदे दंद नहीं ये इशारा किया जदों किसी नूं खांदी है ना उत्थे कोई आवाज़ नहीं आउंदी जिहड़ी छोटी मोटी आवाज़ आउंदी उह भी बंद हो जाती साइलेंट बिल्कुल पता उदों ही लगता जदों बंदा खाधा जांदा।
ਕਹਿੰਦੇ ਜਿਨ ਬਿਨ ਦੰਤਾਂ ਜਗ ਖਾਇਆ, ਮਨ ਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਇਸ ਤਰ੍ਹਾਂ ਇਹ ਭੁੱਲਣ ਕਰਕੇ ਇਹ ਪਾਪ ਸ਼ੁਰੂ ਹੁੰਦਾ ਧਨ ਨੂੰ ਵੇਖ ਕੇ। ਅਤੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੰਗ ਨਾ ਚਾਲਸ ਤੇਰੇ ਧਨ, ਇਹ ਤੇਰੇ ਨਾਲ ਜਾਣ ਵਾਲਾ ਨਹੀਂ ਹੈ, ਇਹ ਤੇਰਾ ਸਹਾਇਕ ਨਹੀਂ, ਇਹ ਤੇਰੀ ਸਿਰਫ ਜ਼ਰੂਰਤ ਹੈ, ਤੇਰੀ ਲੋੜ ਹੈ। ਹਜ਼ੂਰ ਕਹਿੰਦੇ ਤੂੰ ਕਿਆ ਲਪਟਾਵਹਿ ਮੂਰਖ ਮਨਾ, ਮਨ ਇਹਦੇ ਵਿੱਚ ਲਪਟ ਜਾਂਦਾ ਹੈ। ਜਿਵੇਂ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਪਟੇ ਵਿੱਚ ਕੋਈ ਕੱਪੜਾ ਆ ਜਾਏ, ਵਲੇਟਿਆ ਜਾਏ, ਉਹਨੂੰ ਕੱਢਣਾ ਔਖਾ ਹੋ ਜਾਂਦਾ। ਇਹ ਮਨ ਰੂਪੀ ਜਿਹੜਾ ਕੱਪੜਾ ਹੈ ਨਾ, ਮਾਇਆ ਦੇ ਚੱਲਦੇ ਹੋਏ ਵਹੀਲ ਵਿੱਚ ਵਲਿਆ ਜਾਂਦਾ, ਫਿਰ ਕੱਢਣਾ ਬੜਾ ਔਖਾ ਹੈ, ਇਹਨੂੰ ਫਿਰ ਉਹ ਮਾਰ ਮਾਰ ਕੇ ਕਮਜ਼ੋਰ ਕਰ ਦਿੰਦੀ ਹੈ। ਇਸ ਕਰਕੇ ਇਸ ਮਨ ਨੂੰ ਕਹਿੰਦੇ ਤੂੰ ਕਿਆ ਲਪਟਾਵਹਿ ਮੂਰਖ ਮਨਾ। ਫਿਰ ਕਿੰਨੀ ਪ੍ਰਕਾਰ ਦੀਆਂ ਚੀਜ਼ਾਂ ਨੇ ਜਿਹੜੀਆਂ ਪਰਮਾਤਮਾ ਨੂੰ ਭੁਲਾਉਂਦੀਆਂ ਨੇ, ਉਹਨਾਂ ਦਾ ਨਾਮ ਲੈਂਦੇ ਕਹਿੰਦੇ ਸੁੱਤ, ਸੁੱਤ ਦਾ ਅਰਥ ਹੈ ਪੁੱਤਰ, ਮੀਤ, ਮੀਤ ਦਾ ਅਰਥ ਹੈ ਮਿੱਤਰਤਾ, ਕੁਟੰਬ, ਕੁਟੰਬ ਦਾ ਅਰਥ ਹੈ ਪਰਿਵਾਰ, ਔਰ ਬਨਤਾ, ਬਨਤਾ ਦੇ ਅਰਥ ਨੇ ਇਸਤਰੀ। ਇਹਨਾਂ ਵਿੱਚ ਇੰਨਾ ਇਹ ਖੁੱਭ ਜਾਂਦਾ ਹੈ।